ਗੁਰਮੁਖੀ ਦੇ ਐਲਫਾਬੈਟ ਦੇ 35 ਅੱਖਰ ਹਨ ਜੋ ਇਸ ਪ੍ਰਕਾਰ ਹਨ ਊੜਾ ਐੜਾ ਈੜੀ ਸੱਸਾ ਹਾ ਹਾ ਕੱਕਾ ਖੱਖਾ ਗੱਗਾ ਕੱਗਾ ਗੰਗਾ ਚੱਚਾ ਛੱਛਾ ਜੱਜਾ ਚੱਜਾ ਨੰਨਾ ਟੈਂਕਾ ਠੱਠਾ ਡੱਡਾ ਠੱਡਾ ਨਾਣਾ ਤੱਤਾ ਥੱਥਾ ਦੱਦਾ ਥੱਦਾ ਤੱਤਾ ਥੱਥਾ ਦੱਦਾ ਥੱਦਾ ਨੰਨਾ ਪੱਪਾ ਫੱਫਾ ਬੱਬਾ ਪੱਬਾ ਮੰਮਾ ਯਈਆ ਰਾਰਾ ਲੱਲਾ ਵਾਵਾ ਯਈਆ ਰਾਰਾ ਲੱਲਾ ਵਾਵਾ ਡਾੜਾ ਊੜਾ ਐੜਾ ਈੜੀ ਸੱਸਾ ਹਾ ਹਾ। ਫਿਰ 5 ਅੱਖਰ ਹਨ, ਉਹਨਾਂ ਦੀ ਆਵਾਜ਼ ਕੁਝ ਇਸ ਤਰ੍ਹਾਂ ਹੈ। ਸੱਸੇ ਪੈਰ ਬਿੰਦੀ ਸ਼ਾ ਬੋਲੇ ਖੱਖੇ ਪੈਰ ਬਿੰਦੀ ਖਾ ਬੋਲੇ ਗੱਗੇ ਪੈਰ ਬਿੰਦੀ ਗਾ ਬੋਲੇ ਜੱਜੇ ਪੈਰ ਬਿੰਦੀ ਜ਼ਾ ਬੋਲੇ ਫੱਫੇ ਪੈਰ ਬਿੰਦੀ ਫਾ ਬੋਲੇ ਸ਼ਸ਼ਾ ਖਾ ਗਾ ਜ਼ਾ ਫਫਾ।